हां जी ਮਾਂ ਸਰਕਾਰ ਨੇ ਇਸੇ ਕਾਰੀ ਕਰਜ਼ੇ ਦੀ ਵਸੂਲੀ ਲਈ ਕਿਸਾਨਾਂ ਨੂੰ ਦਿੱਤਾ ਵਾਰੰਟਾ ਦਾ ਤੋਹਫਾ ਹੁਣੇ-ਹੁਣੇ ਤਾਜੀ ਖਬਰ ਜਿਹੜੀ ਨਿਕਲ ਕੇ ਆਈ ਹੈ ਪੰਜਾਬ ਸਰਕਾਰ ਵੱਲੋਂ ਵੱਡੀ ਜਿਹੜੀ ਖਬਰ ਨਿਕਲ ਕੇ ਆਈ ਹੈ ਕੀ ਹੈ ਪੂਰੀ ਸਚਾਈ ਦੇਖਣ ਲਈ ਬਣੇ ਰੋ ਵੀਡੀਓ ਤੇ ਨਾਲ ਪੂਰਾ ਮਾਮਲਾ ਕੀ ਹੈ ਜੀ ਦੇ ਤੁਹਾਨੂੰ ਇਸ ਵੀਡੀਓ ਵਿੱਚ ਜਿਹੜਾ ਦੇਖਣ ਨੂੰ ਮਿਲ ਜਾਵੇਗਾ ਇਸ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਤੋਂ ਦੇਖਣਾ ਜੀ ਮਾਂ ਸਰਕਾਰ ਨੇ ਇਸੇ ਕਾਰੀ ਕਰਜ਼ੇ ਦੀ ਵਸੂਲੀ ਲਈ ਕਿਸਾਨਾਂ ਨੂੰ ਦਿੱਤਾ ਵਾਰੰਟਾ ਦਾ ਤੋਹਫਾ ਹੁਣੇ-ਹੁਣੇ ਵੱਡੀ ਖਬਰ ਜਿਹੜੀ ਨਿਕਲ ਕੇ ਆਈ ਹੈ ਹੁਣ ਕਰਜ਼ਾ ਨਾ ਮੋੜਨ ਵਾਲੇ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਗ੍ਰਿਫਤਾਰ ਧਾਰਾ 67 ਅਗਦੇ ਕਰਮਚਾਰੀਆਂ ਨੂੰ ਕਿਸਾਨਾਂ ਨੂੰ ਕਰ ਸਕਦੇ ਹਨ ਗ੍ਰਿਫਤਾਰ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਸਹਿਕਾਰੀ ਐਕਟ ਦੀ ਧਾਰਾ 66ਏ ਕਰਵਾਈ ਸੀ ਸਸਪੈਂਡ ਪਰ ਪੰਜਾਬ ਦੀ ਮਾਨ ਸਰਕਾਰ ਨੇ ਸਹਿਕਾਰੀ ਕਰਜ਼ੇ ਦੇ ਵਿਸੂਲੀ ਲਈ ਕਿਸਾਨਾਂ ਨੂੰ ਦਿੱਤਾ ਹੈ ਵਾਰੰਟ ਤੇ ਇਹ ਜਿਹੜੀ ਖਬਰ ਹੈ ਹੁਣੇ-ਹੁਣੇ ਜਿਹੜੀ ਨਿਕਲ ਕੇ ਆ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਤੁਸੀਂ ਇਸ ਖਬਰ ਦੇ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਵਿੱਚ ਜਰੂਰ ਤੋਂ ਆਪਣੀ رائے ਦਿਓ ਮਾਨ ਸਰਕਾਰ ਨੇ ਜਿਹੜੇ ਕਰਜ਼ੇ ਉਹ ਵਸੂਲਣ ਵਾਸਤੇ ਕਿਸਾਨਾਂ ਨੂੰ ਵਾਰੰਟੇ ਜਿਹੜੇ ਭੇਜ ਦਿੱਤੇ ਹਨ ਜੀ ਜਿਨ੍ਹਾਂ ਕਿਸਾਨਾਂ ਦੇ ਕਰਜ਼ੇ ਹਨ ਉਹ ਉਹ ਕਰਜ਼ੇ ਜਿਹੜੇ ਨਹੀਂ ਮੋੜ ਰਹੇ ਉਹ ਗ੍ਰਿਫਤਾਰ ਹੋ ਸਕਦੇ ਆ ਜੀ ਇਹ ਹੀ ਜਿਹੜੀ ਵੱਡੀ ਜਾਣਕਾਰੀ ਆ ਹੁਣੇ ਹੁਣੇ ਜਿਹੜੀ ਨਿਕਲ ਕੇ ਆ ਰਹੀ ਆ ਜੀ ਵੱਡੀ ਅਪਡੇਟ ਆ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਾਂ ਵਿੱਚ ਜ਼ਰੂਰ ਤੋਂ ਲਿਖਿਓ ਮਿਲਦੇ ਆ ਇਹ ਹੀ ਜਿਹੜੀ ਅਪਡੇਟ ਸੀ ਤੁਹਾਡੇ ਨਾਲ ਸਾਂਝੀ ਕਰਨੀ ਜੀ ਮਿਲਦੇ ਆ ਨਵੇਂ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ